ਜਦੋਂ ਆਖਰੀ ਉਮਰ ਚ ਆਏ ਨਾ ਤੇ ਉਹ ਬੜਾ ਨਾ ਉਹਨਾਂ ਦੇ ਅੰਦਰ ਇੱਕ ਤੜਪ ਸੀ। ਅੱਛਾ ਨਾਗੋ ਕੀ ਜਾਨ, ਨਾਗੋ ਕੀ ਜਾਨ ਦੀ। ਉਹ ਵੱਡੇ ਉਹਨਾਂ ਦਾ ਛੋਟਾ ਬੇਟਾ ਸੀ ਜਿਹੜਾ ਮੁਹੰਮਦ ਅਨਵਰ ਉਹਦਾ ਨਾਂ ਸੀ, ਉਹਨੇ ਕਹਿਣਾ ਕਿ ਅਨੂ ਪੁੱਤਰ ਮੈਨੂੰ ਨਾਗੋ ਕੀ ਲੈ ਜਾ। ਹੁਣ ਅਸੀਂ ਇਸ ਟਾਈਮ 13 ਚੱਕ ਹਾਂ, ਉਹਨਾਂ ਦਾ ਜ਼ਿਮੀਦਾਰ ਇੱਕ ਚੱਕ ਸੀ, ਉੱਥੇ ਉਹਨਾਂ ਦੀ ਹਵੇਲੀ ਵੀ ਸੀ। ਉਹਨਾਂ ਨੇ ਗੱਡੀ ਕਰਾਉਣੀ ਕਿ ਤਾਇਆ ਚਲੋ ਜੀ ਅੱਬਾ ਜੀ ਤੁਹਾਨੂੰ ਨਾਗੋ ਕੀ ਲੈ ਕੇ ਚੱਲੀਏ। ਜਦੋਂ ਗੱਡੀ 'ਚ ਬਿਠਾਉਣਾ ਤਾਏ ਜੀ ਨੇ ਨਾ ਬੜਾ ਖੁਸ਼ ਹੋਣਾ ਕਿ ਮੈਂ ਨਾਗੋ ਕੀ ਜਾ ਰਿਹਾ। ਉਹਨੂੰ ਲਿਜਾ ਤੇ ਇੱਕ ਚੱਕ ਬਿਠਾ ਦਿੰਦੇ, ਉਹਨੇ ਅੱਗੋਂ ਗਾਲਾਂ ਕੱਢਣੀਆਂ ਵੀ ਇਹ ਨਾਗੋ ਕੀ, ਤੁਸੀਂ ਤਾਂ ਮੈਨੂੰ ਆਪਣੀ ਹਵੇਲੀ ਲੈ। ਉਹਨੇ ਕਿਹਾ ਨਹੀਂ ਇਹ ਨਾਗੋ ਕੀ, ਉਹਨੇ ਕਿਹਾ ਨਹੀਂ ਨਾਗੋ ਕੀ, ਮੈਂ ਇੱਕ ਚੀਜ਼ ਤੋਂ ਵਾਕਫ। मैं हूं आपका दोस्त और होस्ट मुबशर अली राव, आप देख रहे हो अपना चैनल बोहानी खेड़ा बॉयज। आज हम इंटरव्यू कर रहे हैं एक हमारे बुज़ुर्ग हैं बाबा मोहम्मद अमीन, कौम चौहान हैं इनकी। इनसे पूछेंगे इनके बारे में किस तरह आए, के क्या होया इनके साथ, कौन सा इलाका था, कौन सा गांव था, ये सारी तफसील से हम बात करेंगे। आप देखते रहिए। अस्सलाम वालेकुम ताया जी। वालेकुम सलाम। ताया की हाल चाल ठीक ठाक हो? ठीक ठाक, कर्म मौला दा। अच्छा ताया, थोड़ा अपना हिंदुस्तान दे बारे ताड़े को पूछना जी, तो तुसी आए सी? हाँ जी। ताया नाम की है अपना? मेरा नाम है मोहम्मद अमीन। वालिद साहब दा की नाम? वल्द मोहम्मद सदीक। वल्द मोहम्मद सदीक। उस दा जेड़ा मेरा दादा सी ओंदा सी शेर मोहम्मद। शेर मोहम्मद। हाँ जी, दादे मेरे। ताड़े दा दादा दा नाम शेर मोहम्मद। हाँ जी। ते पिंड केड़ा सी अपना? पिंड अपना नागो। नागो की? सरसा तहसील। सरसा तहसील होगी, थाना भी फरसा हो। हाँ जी, तहसील सरसे से। तहसील सरसे जी, बिल्कुल ठीक है। तो पिंड दे विच कितने, अपना पिंड कितना बड़ा सी जड़ा नागो? पिंड यार बहुत बड़ा सी, तेनू मैं की दसा, एडा मेरी बचपन है पर इन्नी सी भी बेहद। हुण इत्थे कई चक्कां च साढ़े चक दे बंदे बैठे ने, हाँ जी, ते पूरे नहीं आंदे। अच्छा, इस टाइम तुहाडी उम्र किन्नी क होगी? तां ਮੇਰੀ ਉਮਰ 80 ਸਾਲ ਹੋ ਗਈ ਹੋਣੀ। 80 ਸਾਲਾਂ ਦਾ ਮਤਲਬ ਤੁਸੀਂ ਜਦੋਂ ਉੱਥੇ ਸੀ ਤੇ ਬਚਪਨਾ ਹੀ ਹੋਣਾ, ਕੋਈ 4 5 6 ਸਾਲ? ਛੋਟਾ ਜਿਹਾ ਹੀ ਸਮਾਂ ਬਸ, ਘਰ ਦੀ ਮੈਨੂੰ ਸਮਝੇ ਤੇ ਮਾਮੇ ਮੇਰੇ ਦੀ ਸਮਝੇ, ਘਰ ਦੀ ਮਸਜਿਦ ਦੀ, ਫਿਰ ਗੰਗਾ ਨਾਲ ਨਹਿਰ ਨਹਿਰ ਵਗਦੀ ਸੀ। ਪਛਾਣ ਹੈਗੀ ਪੰਨੀ? ਹਾਂ, ਇੰਨੀ ਪਛਾਣ ਸੀ। ਇਹਦੇ ਟੱਪ ਤੇ ਫਿਰ ਸੰਗਰ ਆਉਂਦਾ ਸੀ। ਸੰਗਰ ਆਉਂਦਾ ਸੀ, ਬਿਲਕੁਲ ਸਹੀ ਹੈ। ਨਹਿਰ ਟੱਪ ਤੇ ਅੱਗੇ ਸੰਗਰ ਆਉਂਦਾ ਸੀ, ਇਹਦਾ ਪਛਾਣ। ਸੰਗਰ ਸੀ ਜਿਹੜਾ ਸ਼ਾਨ ਹੈ। ਹਾਂਜੀ, ਹਾਂ ਆਪਣਾ ਬਹੁਤ ਹੋ ਗਿਆ। ਅੱਛਾ, ਹਾਂ ਇਹ ਸੰਗੜ ਦਾ ਸੀ। ਅੱਛਾ ਠੀਕ ਹੋ ਗਿਆ, ਬਿਲਕੁਲ ਸਹੀ ਹੈ। ਹਾਂ, ਤੇ ਲਾਗੇ ਲਾਗੇ ਪਿੰਡ ਕਿੰਨੇ ਕਹੇ ਜੀ? ਪਿੰਡ ਬਥੇਰੇ ਸਨ, ਨਾਨੀਆਂ ਦਾ ਛੋਟਾ ਜੰਡਾ, ਵੱਡਾ ਜੰਡਾ, ਅਲੀ ਕੀ, ਅਲੀ ਕੀ, ਅਲੀ ਕੀ, ਫਿਰ ਆ ਗਿਆ ਇਹ ਆਪਣਾ ਵੇਖੋ। ਅੱਛਾ, ਪਿੰਡ ਦੇ ਜਿਹੜਾ ਤੁਹਾਡਾ ਪਿੰਡ ਸੀ ਨਾਗੋ ਕੀ, ਹਾਂ ਉਹਦੇ ਵਿੱਚ ਕਿਹੜੀ ਕਿਹੜੀ ਮਤਲਬ ਕੌਮ ਬੈਠੀ ਸੀ, ਕਿਹੜਾ ਕਿਹੜਾ ਮਤਲਬ ਦੇ ਲੋਕ? ਸਿਰਫ ਸਾਡੇ ਚੌਹਾਨ ਹੀ ਸਨ। ਚੌਹਾਨ ਸੀ ਪੂਰੇ ਪਿੰਡ ਦੇ? ਚੌਹਾਨ ਚ। ਤੇ ਹਿੰਦੂ ਕਿੰਨੇ ਸੀ? ਹਿੰਦੂ ਕੋਈ ਨਹੀਂ ਸੀ, ਕੋਈ ਹਿੰਦੂ ਸੀ, ਕਰਾੜ, ਬਾਮਨ, ਬਾਮਨ ਇਹ ਦੁਕਾਨਾਂ ਕਰਦੇ ਸਨ, ਹੋਰ ਕੁਛ ਨਹੀਂ। ਥੋੜੇ ਮਤਲਬ ਥੋੜੇ ਸੀ, ਥੋੜੇ ਜੀ ਸੀ। ਤੇ ਮਸਜਿਦ ਕਿੰਨੀ ਸੀ ਪਿੰਡ ਦੇ? ਮਸਜਿਦ ਇੱਕੇ ਸੀ ਸਾਡੇ, ਇੱਕ ਹੀ ਸੀ, ਇੱਕੇ ਜਗ੍ਹਾ ਅਸੀਂ ਨਮਾਜ਼ ਪੜ੍ਹਦੇ ਸਾਰੇ। ਲੜਾਈਆਂ ਕਿਤਨੀਆਂ ਰਹੀ ਜਾਂਦਾ, ਨਮਾਜ਼ ਉੱਥੇ ਪੜੀ ਜੀ। ਤੇ ਮੰਦਰ ਕੋਈ ਨਹੀਂ ਸੀ ਪਿੰਡ 'ਚ? ਨਾ, ਮੰਦਰ ਕੋਈ ਨਹੀਂ ਸੀ ਸਾਡੇ। ਤੇ ਪਿੰਡ ਦਾ ਨੰਬਰਦਾਰ ਕਿਹੜਾ ਸੀ ਉੱਥੋਂ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ ਨੰਬਰਦਾਰ ਸੀ? ਹਾਂ, ਸਹੀ ਹੋ ਗਿਆ। ਮਤਲਬ ਤੇ ਇੱਕ ਹੀ ਨੰਬਰਦਾਰ ਸੀ ਜਾਂ ਕੋਈ ਹੋਰ ਵੀ ਨੰਬਰਦਾਰੀਆਂ ਸੀ? ਨਹੀਂ, ਇੱਕ ਹੀ ਸੀ ਨੰਬਰਦਾਰ। ਇੱਕ ਹੀ ਨੰਬਰਦਾਰ ਸੀ। ਮਸ਼ਹੂਰ ਬੰਦੇ ਕਿਹੜੇ ਸੀ ਉੱਥੋਂ ਦੇ ਆਪਣੇ ਉਸ ਪਿੰਡ? ਮਸ਼ਹੂਰ ਬੰਦਾ ਸੀ ਨਾ ਜਿਹੜਾ, ਹਾਂਜੀ, ਖੁਸ਼ੀ ਮੁਹੰਮਦ, ਅਲੀ ਮੁਹੰਮਦ, ਅਲੀ ਮੁਹੰਮਦ, ਮਾਮਾ ਕਾਲੂ। ਮਾਮਾ ਕਾਲੂ, ਅੱਛਾ ਜੀ। ਤੇ ਉਰਾ ਸਨ ਮੇਰਾ ਕੁਣਬਾ ਜਿਹੜਾ ਸੀ, ਹਾਂਜੀ, ਇਹਦੇ ਵਿੱਚ ਸਨ ਅਮਲੀਕੇ ਕੀ ਅਤੇ ਇਹ ਦੂਸਰੇ ਜਿਹੜੇ ਉਹ ਅਮਲੀਕੇ। ਆਪਣੀ ਜ਼ਮੀਨ ਕਿੰਨੀ ਸੀ ਆਪਣੀ ਉੱਥੇ? ਜ਼ਮੀਨ ਤਾਂ ਸਾਡੀ ਚੌਥਾ ਹਿੱਸਾ ਵੀ ਨਹੀਂ ਆਈ। ਨਹੀਂ, ਉੱਥੇ ਉੱਧਰ ਦੇ ਨਾਗੋ ਕੀ ਦੀ ਗੱਲ ਕਰ? ਆਹੋ, ਨਾਗੋ ਕੀ ਜੀ, ਹਾਂਜੀ, ਰਕਬਾ ਕਾਫੀ ਸੀ ਸਾਡਾ, ਠੀਕ ਹੈ। ਨਹਿਰੀ ਨਹੀਂ ਸੀ? ਨਹਿਰੀ ਨਹੀਂ ਸੀ, ਹਾਂ। ਬਾਹਰ ਸੀ, ਬਰਾਨੀ ਸੀ? ਬਰਾਨੀ ਸੀ, ਜਿਹੜੀ ਗੱਲੋਂ ਰਕਬਾ ਕੰਮ ਆਇਆ। ਅੱਛਾ, ਠੀਕ ਹੈ। ਜਿਹੜਾ ਨਹਿਰ ਦੇ ਨਾਲ ਸੀ ਨਾ, ਹਾਂਜੀ, ਉਹਦੇ ਯੂਨਿਟ ਪੂਰੇ ਆਏ ਸਨ, ਠੀਕ ਹੋ ਗਏ। ਜਿਹੜੇ ਪਰਾ ਸਨ ਨਾ ਉਹ ਬਰਾਨੇ,
ਉਹਦੇ ਯੂੰਡ ਕੰਮ ਪੇਸ਼ਾ ਆਪਣਾ ਜ਼ਿੰਮੇਦਾਰ ਆਈ ਸੀ ਜ਼ਿੰਮੇਦਾਰ ਆਈ ਸੀ ਜ਼ਿੰਮੇਦਾਰ ਆਈ ਸੀ ਪੇਸ਼ਾ ਜੀ ਤੇ ਉੱਥੋਂ ਜਿਹੜਾ ਪਿੰਡ ਸੀ ਆਪਣਾ ਨਾਗੋਗੀ ਹਾਂ ਉੱਥੋਂ ਦੀ ਜਿਹੜੀ ਤੁਹਾਡੇ ਆਪਸ ਦੇ ਵਿੱਚ ਬਲਕਿ ਜ਼ਿਆਦਾ ਮੁਸਲਮਾਨ ਸੀ ਤੇ ਕੁਛ ਤੁਸੀਂ ਦੱਸ ਰਹੇ ਕਿ ਹਿੰਦੂ ਸੀ ਤੇ ਆਪਸ ਦੇ ਵਿੱਚ ਲੈਣਾ ਦੇਣਾ ਕਿਹਸਾ ਸੀ ਉਹਨਾਂ ਦੇ ਨਾਲ ਲੈਣਾ ਦੇਣਾ ਕਿਹੜਾ ਸੀ ਇੱਕ ਬਾਮਣ ਅਤੇ ਕਰਾੜ ਸਨ ਜਿਹੜੇ ਇਹ ਸ਼ਹਿਰ ਦੇ ਦਿੰਦੇ ਅਤੇ ਲਿਖਤ ਪੜ੍ਹਤ ਕੀਤੀ ਜਾਂਦੇ ਅਖੀਰੀ ਮੁਰੱਬੇ ਆਪਦੇ ਨਾਂ ਕਰਵਾ ਲੈਂਦੇ ਜਿਹੜੇ ਰਕਬਾ ਗਣਾ ਹੁੰਦਾ ਨਾਂ ਦਿੱਤਾ ਜਾਂਦਾ ਅੱਛਾ ਅੱਛਾ ਮੇਲ ਜੋਲ ਕਿਹਸਾ ਸੀ ਉੱਠਣ ਬੈਠਣ ਖੁਸ਼ੀ ਗਮੀ ਅਸੀਂ ਤਾਂ ਉਹਨਾਂ ਦੀ ਹੈਗੀ ਸੀ ਜੀ ਔਰ ਸਾਡੇ ਨਾਲ ਵੱਖਰੀ ਰਹਿਣਾ ਅਤੇ ਅਸੀਂ ਉਹਦੇ ਨਾਲ ਵਰਤੋਂ ਕਾਹਦੀ ਕਰਨੀ ਸੀ ਸੌਦਾ ਲੈਣਾ ਉਧਾਰ 'ਤੇ ਉਹਨਾਂ ਨੇ ਲਿਖ ਲੈਣਾ ਸਮਝ ਗਿਆ ਜੀ ਹਾਂਜੀ ਹਿਸਾਬ ਕਿਤਾਬ ਸਾਡੇ ਜਿਹੜੀ ਸੀ ਨਾ ਮਸਜਿਦ ਬੜੀ ਡਬਲ ਸੀ ਹਾਂਜੀ ਹਾਂਜੀ ਵੱਡੀ ਮਸਜਿਦ ਸੀ ਤੇ ਮੇਰੇ ਨਾਨਕੇ ਸਨ ਨਾ ਜਿਹੜੇ ਅਕਾਲੂ ਹੋਰੀ ਇਹ ਇੱਧਰ ਰਹਿੰਦੇ ਸੀ ਚੜ੍ਹਦੇ ਵਾਲੇ ਪਾਸੇ ਮੈਂ ਅਸੀਂ ਰਹਿੰਦੇ ਸੀ ਇੱਧਰ ਲਹਿੰਦੇ ਵਾਲੇ ਪਾਸੇ ਚੌਹਾਨ ਪਾਰਟੀ ਸੀ ਨਾ ਜਿਹੜੀ ਇਹ ਪੁਮਾਰ ਨੇ ਕਾਲੂ ਕੇ ਪੁਮਾਰ ਨੇ ਇਹ ਪੁਮਾਰ ਨੇ ਅੱਛਾ ਇਹ ਸਨ ਸਾਡੇ ਨਾਨਕੇ ਇਹ ਨਾਨਕੇ ਸਨ ਜਿਹੜਾ ਸਾਡਾ ਘਰ ਸੀ ਉਹ ਬਾਜ਼ਾਰ ਦੇ ਵਿੱਚ ਉਹ ਇੱਕ ਦਰਵਾਜ਼ਾ ਅਸੀਂ ਟੱਪ 'ਤੇ ਸੀ ਜਾਂਦੇ ਸਾਂ ਫਿਰ ਅੱਗੇ ਸਾਡਾ ਦਰਵਾਜ਼ਾ ਆਉਂਦਾ ਸੀ ਅਗਾਂਹ ਸਾਡੇ ਘਰ ਆਉਂਦੇ ਸਨ ਠੀਕ ਹੈ ਇਹਦਾ ਕੋਈ ਬੇਲੀ ਬੂਲੀ ਹੈ ਉੱਥੇ ਬੇਲੀ ਯਾਦ ਹੈ ਕੋਈ ਬੇਲੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਨਾ ਅੱਛਾ ਤੇ ਰਲ ਮਿਲ ਕੇ ਸਹੀ ਰਹਿੰਦੇ ਸੀ ਸਹੀ ਰਹਿੰਦੇ ਸੀ ਸਹੀ ਰਹਿੰਦੇ ਯਾਰ ਇਕੱਠੇ ਬਹਿੰਦੇ ਚੌਂਕਾਂ 'ਚ ਅੱਛਾ ਦੋਵੇਂ ਠੋਲੇ ਦੋਨੋਂ ਠੋਲੇ ਠੋਲੇ ਸਨ ਚਾਰ ਚਾਰੇ ਠੋਲੇ ਇਕੱਠੇ ਬਹਿੰਦੇ ਚੌਂਕਾਂ 'ਚ ਅੱਛਾ ਤੇ ਉੱਥੇ ਗੱਲਾਂ ਬਾਤਾਂ ਕਰਦੇ ਕਰਦੇ ਝਗੜ ਪੈਂਦੇ ਸੀ ਡਾਂਗ ਚੱਲੀ ਜਾਂਦੀ ਡਾਂਗ ਚੱਲੀ ਜਾਂਦੀ ਕੋਈ ਕੋਈ ਕਿਸ ਤਰ੍ਹਾਂ ਦੀ ਗੱਲ ਦੇ ਉੱਤੇ ਮਤਲਬ ਲੜਾਈ ਹੁੰਦੀ ਸੀ ਲੜਾਈ ਤੈਨੂੰ ਮੈਂ ਦੱਸਿਆ ਨਹੀਂ ਇੱਕ ਲੱਗਿਆ ਆਖਣ ਲੱਗਿਆ ਯਾਰ ਇੱਧਰ ਨਾਗੋ ਕੀ ਚੱਕ ਕੇ ਨਾ ਉਹ ਕੀ ਸੀ ਵੇਖ ਉਸ 'ਚ ਮੁਰੱਬੇ ਦਾ ਨਾਂ ਉਹ ਉੱਥੇ ਕਿ ਬਾਰਿਸ਼ ਪੈ ਗਈ ਅਤੇ ਦੂਸਰਾ ਕਹਿੰਦਾ ਤੇਰੀ ਮਾਂ ਦਾ ਛਾਲਾ ਪੈ ਗਿਆ ਵੀ ਬਾਰਿਸ਼ ਉੱਥੇ ਵੀ ਪੈ ਗਈ ਜਾਂ ਇੱਥੇ ਕਿਉਂ ਨਹੀਂ ਪਈ ਬਈ ਇੱਥੇ ਲੜ ਪਏ ਇਹੀਆਂ ਗੱਲਾਂ ਤੋਂ ਲੜ ਪੈਂਦੇ ਸੀ ਉੱਥੇ ਮਤਲਬ ਕਿ ਹਿੰਦੂਆਂ ਦਾ ਇੰਨਾ ਜ਼ੋਰ ਨਹੀਂ ਸੀ ਫਿਰ ਨਾ ਹਿੰਦੂ ਕੋਈ ਨਹੀਂ ਸੀ ਲਾਗੇ ਲਾਗੇ ਜਿਹੜੇ ਪਿੰਡ ਸੀ ਉੱਥੇ ਤਾਂ ਵਾਧੀ ਹੋਣੀ ਹਿੰਦੂਆਂ ਦੀ ਹਾਂ ਲਾਗੇ ਚੱਕਾਂ ਚ ਹੈਗੀ ਸੀ ਚੱਕਾਂ ਚ ਮਤਲਬ ਨਾਗੋਕੀ ਚੈਨਲ ਨਹੀਂ ਸੀ ਨਾ ਨਾਗੋਕੀ ਛੋਟੇ ਝੰਡੇ ਚ ਵੱਡੇ ਝੰਡੇ ਚ ਇੱਥੇ ਹੈ ਇਹਨਾਂ ਇਲਾਕਿਆਂ ਦੇ ਵਿੱਚ ਹੈਗੇ ਸੀ ਹਾਂ ਸੰਗਰ ਅੱਛਾ ਸੰਗਰ ਸੀ ਉੱਥੇ ਵੀ ਹੋਈ ਹੈ ਸਰ ਤਾਂ ਲੜਾਈ ਵਗੈਰਾ ਤਾਂ ਨਹੀਂ ਹੁੰਦੀ ਇਹਨਾਂ ਦਾ ਨਾ ਨਾ ਹਿੰਦੂ ਦੀ ਤੇ ਮੁਸਲਮਾਨਾਂ ਦੀ ਉਦੋਂ ਏਡੀ ਕੋਈ ਨਹੀਂ ਸੀ ਇਹ ਤੇ ਸਾਡੇ ਆਪ ਦੇ ਚੌਹਾਨ ਆਪ ਚ ਹੀ ਲੜ ਪੈਂਦੇ ਸੀ ਆਪਸ ਚ ਲੜ ਪੈਂਦੇ ਤੇ ਫਿਰ ਜਿਹੜੇ ਸੰਨ 47 ਹੋਇਆ ਨਾ ਉਹ ਕਹਿੰਦੇ ਤੁਹਾਡਾ ਇੱਥੇ ਕੱਖ ਨਹੀਂ ਤੁਸੀਂ ਪਾਕਿਸਤਾਨ 'ਚ ਜਾਓ ਸਾਡਾ ਚੱਕ ਇਹ ਇਲਾਕਾ ਛੱਡੋ ਜਿੱਥੇ ਲੜਾਈ ਹੋਈ ਸੀ ਲੜਾਈ ਸਾਡੀ ਹੋਈ ਸੀ ਝੰਡੇ ਝੰਡੇ ਬੜੀ ਮੁਸਲਮਾਨਾਂ ਦੀ ਅਤੇ ਹਿੰਦੂਆਂ ਦੀ ਮੁਸਲਮਾਨਾਂ ਹਾਂਜੀ ਤੇ ਉੱਥੇ ਜ਼ਿਆਦਾ ਕੌਣ ਤਾਦਾਦ ਵਿੱਚ ਹਿੰਦੂ ਬੈਠੇ ਸੀ ਮੁਸਲਮਾਨ ਰਲੇ ਸਨ ਉਹਨਾਂ ਚੱਕਾਂ 'ਚ ਇਹ ਹਿੰਦੂ ਇਕੱਠੇ ਹੋਤੇ ਨਾ ਤੇ ਮੁਸਲਮਾਨਾਂ ਦੇ ਪਿੰਡ ਨੂੰ ਪੈਂਦੇ ਹੁੰਦੇ ਸਨ ਇਕੱਠੇ ਹੋ ਕੇ ਆਉਂਦੇ ਸਨ ਤੇ ਅੱਗੋਂ ਫਿਰ ਮੁਸਲਮਾਨ ਸਨ ਜਿਹੜੇ ਇਹ ਵੀ ਚੰਗਾ ਲੜਦੇ ਸਨ ਪੁੱਜ ਸਰ ਤੇ ਮੈਂ ਸੁਣਿਆ ਡਾਂਗਾ ਡੂੰਗਾ ਦੇ ਨਾਲ ਬੜਾ ਮਤਲਬ ਡਾਂਗਾਂ ਤੇ ਛਵੀਆਂ ਬਰਛੇ ਤੇ ਤਲਵਾਰਾਂ ਇਹ ਨਾਗ ਹੁੰਦੇ ਸਨ ਉਹ ਲੜਾਈ ਕਿਹੜੀ ਗੱਲ ਤੋਂ ਹੋਈ ਸੀ ਇਹ ਇਸੇ ਗੱਲ ਤੋਂ ਹੋਈ ਸੀ ਦੀਨ ਮਜ਼ਹਬ ਤੋਂ ਹੀ ਅੱਛਾ ਦੀਨ ਮਜ਼ਹਬ ਤੋਂ ਹਾਂਜੀ ਉਹ ਹਮਲਾ ਕਰਨ ਆਉਂਦੇ ਹੁੰਦੇ ਸੀ ਤੱਕ ਅੱਛਾ ਅਤੇ ਉਹ ਵਜ੍ਹਾ ਹੀ ਨਹੀਂ ਸੀ ਨਾ ਵੀ ਸਾਨੂੰ ਆਉਂਦੇ ਸਨ ਵੀ ਤੁਸੀਂ ਜਾਓ ਪਾਕਿਸਤਾਨ 'ਚ ਅੱਛਾ ਮੁਸਲਮਾਨ ਅਤੇ ਬੜੀ ਲੜਾਈ ਹੁੰਦੀ ਹੁੰਦੀ ਸੀ ਅੱਛਾ ਜਦੋਂ ਤੁਸੀਂ ਤਾਇਆ ਜੀ ਪਤਾ ਲੱਗਿਆ ਕਿ ਜੀ ਪਾਰਟੀਸ਼ਨ ਹੋ ਗਈ ਵੰਡਿਆ ਗਿਆ ਜਾਂ ਤੁਸੀਂ ਜਾਣਾ ਪਾਕਿਸਤਾਨ ਕਾਫਲਾ ਬਣ ਕੇ ਤੁਰ ਪਏ ਹਿੰਦੂ ਜਿੱਥੇ ਅੱਪੜਦੇ ਦੀ ਪਾਣੀ ਹੁੰਦਾ ਨਾ ਉਹਦੇ 'ਚ ਜ਼ਹਿਰ ਮਿਲਾ ਦਿੰਦੇ ਜ਼ਹਿਰ ਮਿਲਾ ਦਿੰਦੇ ਖੜੇ ਪਾਣੀ 'ਚ ਪੀਣਗੇ ਆਏ ਤੇ ਇਹ ਆਪੇ ਮੌਤ ਆ ਜਾਏਗੀ ਅੱਛਾ ਜਦੋਂ ਤੁਸੀਂ ਉੱਥੋਂ ਨਿਕਲੇ ਹਾਂ ਨਾਗੋ ਕੀ ਪਿੰਡ ਇਕੱਲਾ ਸੀ ਕਿ ਨਹੀਂ 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 ਅੱਛਾ ਮੁਸਾਬ ਵਾਲਾ ਝੰਡਾ ਝੰਡਾ ਫਿਰ ਇਹ ਆਪਣਾ
ਕੀ ਸੀ ਨਾਂ ਇਹਨਾਂ ਜੱਟਾਂ ਇਹਨਾਂ ਦਾ ਯਾਰ ਕਾਲੇ ਕੇ ਨਾਂ ਦਾ, ਇਹ ਤਿੰਨ ਚਾਰ ਚੱਕ ਇਕੱਠੇ ਹੋ ਕੇ ਤੁਰੇ, ਕਾਫਲਾ ਆਈ ਸੀ ਕਿ ਜਿਵੇਂ ਇੱਥੋਂ ਤੁਰੇ ਨਾ ਅਤੇ ਆਪਣੇ ਮਲਿਆ ਵਾਲੇ ਪਹੁੰਚਣ, ਅਤੇ ਦੂਸਰੀ ਖੀਰ ਸੀ ਜਿਹੜੀ ਉਹ ਜਿਵੇਂ ਚੌਤੀ 'ਚ ਹੋਵੇ, ਏਡਾ ਵੱਡਾ ਕਾਫਲਾ ਹੁੰਦਾ ਸੀ। ਪੈਦਲ ਹੀ ਆਏ? ਪੈਦਲ ਨਾ ਨਾ, ਪੈਦਲ ਹੀ ਉੱਠ ਸਨ, ਉੱਠਾਂ 'ਚ ਉੱਥੇ ਖਾਣਾ ਦਾਣਾ ਲੱਦਿਆ ਸੀ, ਰਾਸ਼ਨ ਰੱਖ ਲਿਆ ਸੀ ਸਾਰਾ ਕੁਛ, ਬਾਕੀ ਤਾਂ ਪਿੱਛੇ ਛੱਡ ਦਿੱਤਾ, ਪਿੱਛੇ ਛੱਡ ਦਿੱਤਾ, ਕਿ ਕਰਨਾ ਸੀ ਚੱਕਣਾ ਸੀ। ਅਤੇ ਉੱਥੋਂ ਸਿੱਧਾ ਤੁਸੀਂ ਕਿੱਧਰ ਆਏ, ਕਿਹੜੇ ਕੈਂਪ 'ਚ ਆਏ? ਅਸੀਂ ਕੈਂਪ 'ਚ ਆਏ ਸੀ ਸਾਹੀਵਾਲ। ਸਾਹੀਵਾਲ? ਅਤੇ ਰਸਤੇ ਦੇ ਵਿੱਚ ਕੋਈ ਹਮਲਾ ਹੁਮਲਾ ਵਗੈਰਾ? ਨਹੀਂ, ਸਾਡੇ ਨਾਲ ਹਮਲਾ ਨਹੀਂ ਹੋਇਆ। ਅੱਛਾ, ਨਹੀਂ ਹੋਇਆ। ਅੱਛਾ, ਤਾਂ ਤੁਸੀਂ ਸਾਰਾ ਜਿਹੜਾ ਕਾਫਲਾ ਨਿਕਲਿਆ ਪੈਦਲ ਹੀ ਆਇਆ ਸੀ? ਸਾਰਾ ਪੈਦਲ ਹੀ ਆਇਆ ਸੀ। ਅੱਛਾ, ਜਿਸ ਲਈ ਅਸੀਂ ਆਏ ਹਾਂ ਨਾ ਇੱਥੇ, ਮੈਂ ਆਪਣੇ ਨਹਿਰ ਜਿਹੜੀ ਵੱਡੀ ਹੈ ਇੱਧਰ ਆ ਕਿਹੜੀ, ਉੱਥੇ ਸਾਥੋਂ ਇਹਨਾਂ ਨੇ ਬੰਦੂਕਾਂ ਗੌਰਮੈਂਟ ਨੇ ਸੁੱਟੀਆਂ, ਇਹ ਸਾਰੀਆਂ ਰਖਵਾ ਲਈਆਂ ਸਨ। ਸੁੱਕੀ ਨਹਿਰ ਸੀ ਅਤੇ ਪੁਲ ਤੋਂ ਹੀ ਟੱਪੇ ਸਨ, ਅਤੇ ਫਿਰ ਉਹ ਪੁਲ ਦੇ ਅਗਲੇ ਪਾਸੇ ਸੱਟੀ ਗਏ, ਟਿੱਗ ਲੱਗ ਗਿਆ ਸੀ ਰਾਹ ਦੇ ਵਿੱਚ। ਜਿਸ ਰਸਤੇ ਤੁਸੀਂ ਜਦੋਂ ਆ ਰਹੇ ਸੀ, ਕੋਈ ਇਸ ਤਰ੍ਹਾਂ ਦਾ ਵਾਕਿਆ ਤਾਂ ਨਹੀਂ? ਸਾਡੇ ਨਾਲ ਵਾਕਿਆ ਨਹੀਂ ਹੋਇਆ ਨਾ। ਤੇ ਕਾਫਲਾ ਕਿਵੇਂ ਗਿਆ ਹੋਣਾ? ਪੈਦਲ ਆਇਆ, ਬੱਚੇ ਵੀ ਹੋਣਗੇ, ਬੁੱਢੇ ਵੀ? ਹਾਂ ਜੀ, ਸਾਰੇ ਹੀ ਸਨ। ਤੇ ਕੋਈ ਪਿੱਛੇ ਰਹਿ ਤਾਂ ਨਹੀਂ ਗਿਆ ਸੀ? ਨਾ, ਸਾਡਾ ਕੋਈ ਨਹੀਂ ਰਿਹਾ ਸੀ। ਅੱਛਾ, ਕਿਸੇ ਨੂੰ ਛੱਡਿਆ ਵੀ ਨਹੀਂ ਕਿਸੇ ਨੂੰ ਕੋਈ ਇਸ ਤਰ੍ਹਾਂ? ਨਹੀਂ, ਵਜ੍ਹਾ ਇਹਨਾਂ ਬੱਚੀ ਦੀ ਪਾਰੋਂ ਥੱਕ ਗਏ। ਅੱਛਾ, ਅਤੇ ਇਹ ਸਲੀਮਾ ਨੂੰ ਆਉਂਦੇ ਨੇ ਛੱਡਿਆ, ਮੈਨੂੰ ਨਹੀਂ ਸੁਰਤਾ ਜੀ। ਅਤੇ ਇਹਨੂੰ ਫਿਰ ਸਾਡਾ ਦੂਸਰਾ ਬਰਾ ਸੀ, ਮਾਈ ਸੀ ਬੜੀ ਪੁਰਾਣੀ, ਉਹਨੇ ਕੋਠਾ ਆਇਆ ਅਤੇ ਉਹਦੇ ਬਾਤ ਇਹਦੇ ਛੱਡ ਕੇ ਆ ਗਏ ਸਨ। ਪਹਿਲਾਂ ਜਾਣੀ ਉਹਦੇ ਨਾਲ ਕੀ ਬਣੀ ਕੀ ਨਹੀਂ ਬਣੀ ਉਹ ਯਾਰ, ਰਸਤੇ ਦੇ ਵਿੱਚ ਰਸਤੇ 'ਚ ਆਉਂਦੇ ਪਏ ਸਨ ਨਾ ਪੈਦਲ, ਅਤੇ ਉਹ ਮਾਈ ਸੀ ਕਮਜ਼ੋਰ, ਹੁਣ ਉਹਨੂੰ ਕੀ ਕਰਨਾ, ਤੂੰ ਇੱਥੇ ਬਹਿ ਤਾਂ ਅਸੀਂ ਆਉਣੇ ਹਾਂ। ਅੱਛਾ, ਉਹ ਕੋਠੇ ਦੇ ਵਿੱਚ ਅੱਖਾਂ ਤੋਂ ਵੀ ਨਮੀਨ ਨਹੀਂ ਸੀ। ਅੱਛਾ, ਉੱਥੇ ਛੱਡ ਦਿੱਤੀ? ਉੱਥੇ ਛੱਡ ਦਿੱਤੀ, ਆਪਣੀ ਆਪਣੀ ਜਾਨ 'ਤੇ ਬਣੀ ਸੀ ਮਾਈ ਜਿਹੜੀ ਛੱਡੀ ਸੀ ਨਾ ਉੱਥੇ। ਹਾਂ, ਅੱਛਾ, ਅਤੇ ਉਹ ਮਾਈ ਦਾ ਫਿਰ ਕੀ ਬਣਿਆ, ਉਹਨੂੰ ਉੱਥੇ ਹੀ ਬਿਠਾ? ਅੱਲਾ ਹੀ ਤੇਰਾ ਜਾਣੇ ਕੀ ਬਣਿਆ ਵਿਚਾਰੀ ਦਾ, ਉਹਨੂੰ ਛੱਡ ਤੇ ਆ ਗਏ ਮਾਪੇ, ਖੁਣਬਾ ਹੀ ਹੁੰਦਾ ਛੱਡਿਆ, ਬੱਚੀ ਵੀ ਕੋਈ ਛੱਡ। ਅੱਛਾ, ਖੈਰ ਖਰੀ, ਇਹਦੇ ਨਾਲ ਤੁਸੀਂ ਜਦੋਂ ਆ ਗਏ ਇੱਥੇ, ਅਤੇ ਕਿਹੜਾ ਕੈਂਪ ਦੇ ਵਿੱਚ ਆਏ ਸੀ, ਕਿਹੜੇ ਇਲਾਕੇ 'ਚ ਤੁਸੀਂ ਆ ਕੇ ਬੈਠੇ ਸੀ? ਅਸੀਂ ਸਾਹੀਵਾਲ ਬੈਠੇ ਸੀ। ਅੱਛਾ, ਸਿੱਧਾ ਤੁਸੀਂ ਸਾਹੀਵਾਲ ਆਏ? ਹਾਂ, ਠੀਕ ਹੋ ਗਿਆ। ਅਤੇ ਰਸਤੇ ਇੱਧਰ ਯਾਰ ਜਿਹੜੀ ਇੱਕ ਗੱਡੀ ਆ ਗਈ ਹੈ, ਫੁੱਲ ਦਾ ਬਲਰਾ ਜਿਹੜਾ ਵੱਜਦਾ, ਫੁੱਲ ਦਾ ਬਲਰਾ, ਪਾਕਿਸਤਾਨ 'ਚ, ਉੱਥੋਂ ਫਿਰ ਅਸੀਂ ਗੱਡੀ ਦੇ ਵਿੱਚ ਬੈਠੇ ਸੀ। ਆ ਜਿਹੜੀ ਨੰਗੀ ਹੁੰਦੇ ਨੇ ਨਹੀਂ ਡੱਬੇ, ਇਹਨਾਂ ਦੇ ਵਿੱਚ ਮਾਲ ਗੱਡੀ ਦੇ ਵਿੱਚ, ਫਿਰ ਅਸੀਂ ਸਾਹੀਵਾਲ ਆ ਕੇ, ਸਾਹੀਵਾਲ ਆ, ਬਿਲਕੁਲ ਸਹੀ ਹੈ। ਅਤੇ ਸਾਹੀਵਾਲ ਆ ਕੇ, ਅਤੇ ਜਦੋਂ ਤੁਸੀਂ ਪਾਕਿਸਤਾਨ, ਤੁਹਾਨੂੰ ਪਤਾ ਲੱਗ ਗਿਆ ਜੀ ਹੁਣ ਅਸੀਂ ਪਾਕਿਸਤਾਨ 'ਚ ਆ ਗਏ, ਹੁਣ ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਹੁਣ ਮਹਿਫੂਜ਼ ਅਸੀਂ। ਅਤੇ ਇੱਥੇ ਆ ਕੇ ਕੋਈ ਐਸਾ ਵਾਕਿਆ ਤਾਂ ਨਹੀਂ ਹੋਇਆ, ਕੋਈ ਐਸਾ ਮਸਲਾ ਮਸਾਇਲ ਤਾਂ ਨਹੀਂ ਬਣਿਆ? ਨਹੀਂ, ਇਹ ਜਿਹੜੇ ਬੰਦੇ ਸਨ ਇਹ ਖਾਂਡ ਸਨ। ਅੱਛਾ, ਲਿਵੇ ਲਿਵੇ ਜਿਹੜੇ ਅੱਗੇ ਬੈਠੇ ਸਨ। ਅੱਛਾ, ਮੁਸਲਮਾਨ, ਉਹਨਾਂ ਦੇ ਸਮਾਨ ਲੈ ਆਉਂਦੇ। ਅੱਛਾ, ਲੈ ਆਉਂਦੇ ਪੱਠੇ ਡੱਠੇ, ਲੈ ਆਉਂਦੇ। ਅੱਛਾ, ਹੋਰ ਵੀ ਕੋਈ ਸਮਾਨ ਲੈ ਆਉਂਦੇ, ਅਤੇ ਭੁੱਖੇ ਜੀ ਮਾਰਦੇ, ਭੁੱਖੇ ਮਾਰਦੇ। ਅੱਛਾ, ਤਾਂ ਰਸਤੇ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਦੱਸਦੇ ਸੀ ਕਿ ਉਹ ਖੁੱਲ੍ਹੇ ਪਾਣੀਆਂ ਦੇ ਵਿੱਚ ਜ਼ਹਿਰ ਮਿਲਾਉਂਦੇ ਸਨ, ਅਤੇ ਐਡਾ ਵੱਡਾ ਕਾਫਲਾ, ਤੁਸੀਂ ਕਿਵੇਂ ਫਿਰ ਪਾਣੀ ਪੀਂਦੇ ਸੀ, ਤੁਹਾਨੂੰ ਮਤਲਬ ਕਿਵੇਂ ਪਤਾ ਲੱਗਦਾ? ਉੱਥੋਂ ਨਹੀਂ ਨਾ ਪੀਂਦੇ ਸਨ। ਅੱਛਾ, ਜਿੱਥੇ ਜ਼ਹਿਰ ਮਿਲਿਆ ਹੁੰਦਾ ਸੀ, ਪਤਾ ਕਿਵੇਂ ਲੱਗਦਾ ਸੀ ਉਹਦੇ ਵਿੱਚ ਜ਼ਹਿਰ ਮਿਲਿਆ? ਉਹ ਕਈ ਵਿੱਚ ਸਿਆਣੇ ਵੀ ਹੁੰਦੇ ਨੇ। ਅੱਛਾ, ਉਹ ਚੈੱਕ ਕਰਦੇ ਸੀ, ਡੋਲ ਦਿੰਦੇ ਸਨ। ਮਤਲਬ ਕੋਈ ਬੰਦਾ ਸੀ ਜਿਹੜਾ ਚੈੱਕ ਕਰਕੇ ਡੋਲ ਦਿੰਦਾ ਸੀ? ਹਾਂ, ਉਹ ਕੌਣ ਹੈਗੇ? ਉਹ ਮੇਰਾ ਪਿਓ ਵੀ ਸੀ ਚੈੱਕ ਕਰਦਾ। ਅੱਛਾ, ਤੁਹਾਡੇ ਵਾਲਦ ਸਾਹਿਬ ਸੀ ਜਿਹੜੇ ਚੈੱਕ ਕਰਦੇ ਸੀ? ਹਾਂ, ਹੋਰ ਵੀ ਕਈ ਸਨ, ਲੰਮਾ ਚੌੜਾ ਜੋ ਸੀ ਕਾਫਲਾ। ਅੱਛਾ ਅੱਛਾ, ਜ਼ਹਿਰ ਵਾਲਾ ਪਾਣੀ ਚੈੱਕ ਕਰਕੇ ਦੱਸ ਦਿੰਦੇ ਸੀ ਕਿ ਪਾਣੀ ਨਾ ਪੀਓ, ਨਾ ਪੀਓ, ਇਹਦੇ ਵਿੱਚ ਜ਼ਹਿਰ ਹੈ, ਜ਼ਹਿਰ। ਤੇ ਫਿਰ ਉਹ ਜ਼ਿੰਮੇਵਾਰੀ ਦੇ ਨਾਲ ਪਾਣੀ ਲਿਆ ਕੇ ਸਾਫ ਜਿਹੜਾ ਸਹੀ ਹੁੰਦਾ ਜੀ ਪਿਆਉਂਦੇ ਸੀ ਕਾਫਲੇ, ਉਹ ਪਿਆ। ਬੜੀ ਵੱਡੀ ਗੱਲ ਹੈ ਜੀ, ਦੇਖੋ ਆਪਣੀ ਜਾਨ ਦੇ ਉੱਤੇ ਖੇਡ ਕੇ ਕੋਈ ਬੰਦਾ ਮਤਲਬ ਜਿਹੜੇ ਮੁੱਕ ਜਾਣਾ ਫਿਰ ਵੱਜ ਪੈਣਾ ਦੂਰ। ਅੱਛਾ ਅੱਛਾ, ਕਾਫਲਾ ਛੱਡ ਤੇ ਦੂਰ ਚਲਿਆ ਜਾਣਾ, ਬਿਲਕੁਲ, ਉੱਥੋਂ ਪਾਣੀ ਸਾਫ ਲਿਆਉਣਾ, ਬਿਲਕੁਲ ਸਹੀ ਹੈ, ਅਤੇ ਲਿਆਉਣ ਅਤੇ ਦਿੰਦੇ ਆਉਣਾ ਵਰਤਾਉਣ ਲਿਆਉਣ ਦਾ। ਮਤਲਬ ਕਿ ਉਹ ਬੜੀ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਕਿ ਜ਼ਹਿਰ ਪਾਣੀ ਚੈੱਕ ਕਰਕੇ ਦੱਸਦੇ ਸੀ ਕਿ ਪਾਣੀ ਸਹੀ ਹੈ, ਪਾਣੀ ਸਹੀ ਨਹੀਂ ਹੈ। ਅੱਛਾ ਜੀ, ਨਹੀਂ। ਅਤੇ ਸਾਹੀਵਾਲ ਤੁਸੀਂ ਆ ਗਏ ਇਸ ਤਰ੍ਹਾਂ? ਇੱਥੇ ਆ ਕੇ ਦਗਾ ਖਾ ਗਏ, ਇੱਥੇ ਆ ਕੇ ਦਗਾ ਖਾ ਗਏ। ਅੱਛਾ, ਵੀ ਇੱਥੇ ਕਾਫਲੇ 'ਚ ਕਿਵੇਂ ਜ਼ਹਿਰ ਮਿਲਾਉਂਦੇ ਨੇ, ਚੈੱਕ ਕੀਤਾ, ਚੈੱਕ ਕਰਨ ਦੇ ਵਿੱਚ ਹੀ ਲਗਾ ਗਏ, ਹੋਏ ਹੋਏ ਸ਼ਹੀਦ ਹੋ ਗਿਆ ਮਤਲਬ। ਹਾਂ, ਇਹ ਸ਼ਹੀਦ ਕੌਣ ਹੋਇਆ ਸੀ? ਮੇਰਾ ਵਾਲਦ। ਤੁਹਾਡੇ ਵਾਲਦ ਸਾਹਿਬ ਸ਼ਹੀਦ ਹੋ? ਹਾਂ।
ਪਾਣੀ ਦੇ ਜ਼ਹਿਰ ਆ ਗਿਆ ਸੀ ਜ਼ਹਿਰ ਆ ਗਿਆ ਤੇ ਮਤਲਬ ਕਿ ਉਹਨਾਂ ਨੇ ਸੋਚਿਆ ਹੁਣ ਤੇ ਅਸੀਂ ਪਾਕਿਸਤਾਨ ਆ ਗਏ ਆ ਹਾਂ ਤੇ ਇੱਥੇ ਕੀ ਹੋਣਾ ਇੱਥੇ ਕੀ ਹੋਣਾ ਤੇ ਉਹ ਗਫਲਤ ਮਤਲਬ ਉਹ ਚੈੱਕ ਕੀਤਾ ਉਹਦੇ ਵਿੱਚ ਜ਼ਹਿਰ ਸੀ ਹਾਂ ਉੱਥੇ ਹੀ ਸੀ ਵੀ ਉਹ ਤੇ ਸੀ ਸਾਹੀਵਾਲ ਤੋਂ ਫਿਰ ਤੁਸੀਂ ਮਤਲਬ ਇੱਥੇ ਅਰਨਾਲੇ 13 ਚੱਕ ਦੇ ਵਿੱਚ ਕਿਵੇਂ ਆਏ 13 ਚ ਅਸੀਂ ਇੱਥੇ ਆਣ ਤੇ ਕਿੱਲਾ ਜੀ ਦਾ ਮਿਲਿਆ ਉਹ ਅਸੀਂ 13 ਚੋਂ ਆਣ ਤੇ ਲਿਆ ਇੱਥੇ ਆ ਕੇ ਲਿਆ ਕੋਈ ਤੇ ਚਲਿਆ ਗਿਆ ਫਤਿਹਪੁਰ ਅੱਛਾ ਕੋਈ ਫਤਿਹਪੁਰ ਚਲਾ ਗਿਆ ਕੋਈ ਕੁਗੇੜੀ ਆਪਣੇ ਕਿਚਰੇ ਗਿਆ ਕੋਈ ਕਿਚਰੇ ਗਿਆ ਜਿੱਥੇ ਕਿਸੇ ਦਾ ਕੋਈ ਹੱਥ ਪੈਂਦਾ ਸੀ ਉੱਥੇ ਜਾ ਕੇ ਮਤਲਬ ਖਿਲਰ ਗਏ ਕੋਈ ਖਿਲਰ ਗਿਆ ਕੋਈ ਬੰਗਲੇ ਵਗੈਰੇ ਚਲਾ ਗਿਆ ਕੋਈ ਫਤਿਹਪੁਰ ਚਲਾ ਗਿਆ ਹਾਂ ਕੋਈ ਨੂਰਸ਼ਾਹ ਚਲਿਆ ਗਿਆ ਕੋਈ ਨੂਰਸ਼ਾਹ ਚਲਾ ਗਿਆ ਤੁਸੀਂ ਤੇ 13 ਦੇ ਵਿੱਚ ਆ ਕੇ ਅਸੀਂ 13 ਚ ਆ ਗਏ ਸੀ ਕਲੇਮ ਜ਼ਮੀਨ ਦਾ ਤੁਹਾਨੂੰ ਇੱਥੇ ਮਿਲ ਗਿਆ ਇੱਥੇ ਮਿਲਿਆ ਸੀ ਰਾਜਪੂਤ ਜਿਹੜੇ ਮਤਲਬ ਉੱਥੋਂ ਉੱਠ ਕੇ ਆਏ ਸੀ ਤੁਸੀਂ ਸਾਰੇ ਉੱਥੇ ਗੋਤਾਂ ਕਿਹੜੀਆਂ ਕਿਹੜੀਆਂ ਸੀ ਮੇਨ ਗੋਤਾਂ ਗੋਤਾਂ ਸਿਰਫ ਇਹ ਸੀ ਪਵਾਰ ਪਵਾਰ ਚੌਹਾਨ ਚੌਹਾਨ ਤੇ ਇਹ ਸੀ ਤਪੀਸਰ ਦੀ ਔਲਾਦ ਅੱਛਾ ਠੀਕ ਹੈ ਇਹਨਾਂ ਦਾ ਵਾਲਦ ਸੀ ਤਪੀਸਰ ਤਪੀਸਰ ਹਾਂ ਤੇ ਤੁੰਗ ਸੀ ਜਿਹੜੀ ਇਹਨਾਂ ਦੀ ਭੈਣ ਸੀ ਤੁੰਗ ਇਹਨਾਂ ਦੀ ਭੈਣ ਸੀ ਭੈਣ ਸੀ ਠੀਕ ਹੋ ਗਿਆ ਤੂਰ ਪਵਾਰ ਚੌਹਾਨ ਤੇ ਤੁੰਗ ਚਾਰ ਬੱਚੇ ਸਨ ਮਸਲਾ ਨਾ ਬੱਚੀ ਹੀ ਸੀ ਹਾਂ ਇੱਕ ਬੇਟੀ ਸੀ ਇੱਕ ਬੇਟੀ ਸੀ ਤਿੰਨੇ ਸਨ ਬਿਲਕੁਲ ਸਹੀ ਹੋ ਗਿਆ ਹਾਂ ਅੱਛਾ ਤਾਇਆ ਬੜੀ ਮਿਹਰਬਾਨੀ ਨਾਲ ਤੁਸੀਂ ਟਾਈਮ ਕੱਢਿਆ ਇਹ ਬੜਾ ਮਤਲਬ ਕਿ ਤੁਹਾਡਾ ਕੀਮਤੀ ਔਰ ਯਾਦਗਾਰ ਇੰਟਰਵਿਊ ਹੈ ਗਿਆ ਇਹ ਤੁਹਾਡੇ ਉੱਧਰ ਦੇ ਦੇਖਣਗੇ ਨਾਗੂਕੀ ਦੇ ਵਿੱਚ ਜਿਹੜੇ ਬੈਠੇ ਨੇ ਨਾ ਆਪਣੇ ਜਿਹੜੇ ਵੀ ਵਾਧੇ ਮਤਲਬ ਹੈਗੇ ਨੇ ਬਿਜਨ ਦੇ ਜਾਂ ਜਿਹੜੇ ਦੇਖ ਰਹੇ ਨੇ ਉਹ ਵੀ ਤੁਹਾਨੂੰ ਦੇਖਣਗੇ ਨਾਗੂਕੀ ਵਾਲੇ ਅਤੇ ਪਿੰਡ ਜਾਣਾ ਚਾਹੁੰਦੇ ਪਿੰਡ ਯਾਦ ਆਉਂਦਾ ਪਿੰਡ ਤਾਂ ਯਾਦ ਆਉਂਦਾ ਪਰ ਹੁਣ ਉਮਰ ਨਹੀਂ ਰਹੇਗੀ ਦਿਲ ਕਰਦਾ ਹੋਣਾ ਨਾਲੇ ਪਤਾ ਕੀ ਅਗਾ ਪਿੰਡ ਦੇ ਵਿੱਚ ਬੰਦਾ ਹੋਵੇ ਨਾ ਸੂਹਾਂ ਸੱਜਣ ਕੋਈ ਸੁਨਿਆਰੇ ਸਨ ਉਹ ਵੀ ਹਿੰਦੂ ਸਨ ਸੁਨਿਆਰੇ ਉੱਥੇ ਹੈਗੇ ਨੇ ਉਹ ਵੀ ਹਿੰਦੂ ਸਨ ਤੇ ਦਿਲ ਕਰਦਾ ਕਦੇ ਕਦੇ ਵੈਸੇ ਜਾਣ ਨੂੰ ਤਾਂ ਕਰਦਾ ਪਰ ਹੁਣ ਕੀ ਕਰੀਏ ਅੱਛਾ ਤਾਂ ਨਾਗੋ ਕੀ ਠੀਕ ਹੈ ਕਿਸੇ ਕਿ 13 ਚੱਕ ਨਹੀਂ ਜੀ 13 ਚੱਕ ਤਾਂ ਬੇਕਾਰ ਹੈ ਬੇਕਾਰ ਹੈ ਹਾਂਜੀ ਸਾਡੇ 100-100 ਮਨ ਦਾਣਾ ਹੁੰਦਾ ਸੀ ਮੇਰੇ ਦਾਦੇ ਦੇ ਜਿਹੜੇ ਬੋਲ ਬਣ ਜਾਂਦਾ ਨਾ ਤੇ ਉਹ ਦੁਨੀਆ ਉੱਠ ਲੁਕਾ ਲੈਂਦੀ ਅੱਛਾ ਵੀ ਕੰਡਾਂ ਨੇ ਜਿਹੜੀਆਂ ਉੱਠਾਂ ਦੀਆਂ ਇਹ ਪੱਕ ਜਾਣਗੀਆਂ ਅੱਛਾ 100-100 ਮਨ ਦਾਣਾ ਇੱਕ ਇੱਕ ਹਾਂਜੀ ਤੇ ਫਿਰ ਮਤਲਬ ਕਿ ਉਹ ਪਿੰਡ ਤੁਹਾਨੂੰ ਸਹੀ ਲੱਗਦਾ ਸਹੀ ਬੜਾ ਹੀ ਸਹੀ ਸੀ ਹਾਂ ਚਲੋ ਠੀਕ ਹੈ ਤਾਇਆ ਬਹੁਤ ਮਿਹਰਬਾਨੀ ਟਾਈਮ ਮੈਨੂੰ ਤੁਸੀਂ ਕੱਢਿਆ ਇੰਟਰਵਿਊ ਵਾਸਤੇ ਅਤੇ ਅੱਲਾ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਕੀ ਭਈਆ ਮੁਹੰਮਦ ਅਮਜਦ ਅਤੇ ਵਾਲਿਦ ਸਾਹਿਬ ਦਾ ਨਾਮ ਮੁਹੰਮਦ ਅਮੀਨ ਮੁਹੰਮਦ ਅਮੀਨ ਸਾਹਿਬ ਅੱਛਾ ਕੁਛ ਗੱਲਾਂ ਮੈਂ ਮਤਲਬ ਕਿ ਤਾਇਆ ਜੀ ਨਹੀਂ ਦੱਸ ਸਕੇ ਜੀ ਜੀ ਅਤੇ ਉਹ ਮੈਨੂੰ ਹੁਣ ਦੱਸਦੇ ਪਏ ਸੀ ਕਿ ਵੱਡੇ ਭਾਈ ਸਾਹਿਬ ਵਾਲੇ ਨੇ ਜਿਹੜੇ ਉਹਨਾਂ ਦਾ ਬੜਾ ਦਿਲ ਕਰਦੇ ਸੁਣ ਜਾ ਹਾਂਜੀ ਵਾਲਿਦ ਸਾਹਿਬ ਤਾਂ ਕੁਛ ਗੱਲਾਂ ਭੁੱਲ ਗਏ ਨੇ ਲੇਕਿਨ ਤਾਏ ਨੂੰ ਤਾਂ ਇੱਕ ਇੱਕ ਚੀਜ਼ ਯਾਦ ਸੀ ਨਾਗੋ ਕੀ ਦੀ ਇੱਕ ਇੱਕ ਚੀਜ਼ ਯਾਦ ਸੀ ਉਹਨਾਂ ਨੂੰ ਮੱਲੇ ਯਾਦ ਸੀ ਇੱਕ ਇੱਕ ਉਹਨਾਂ ਨੂੰ ਨਾ ਘਰ ਯਾਦ ਸੀ ਇਹ ਫਲਾਣੇ ਦਾ ਘਰ ਇੱਥੇ ਸੀ ਫਲਾਣੇ ਦਾ ਇੱਥੇ ਬਲਕਿ ਜਦੋਂ ਆਖਰੀ ਉਮਰ 'ਚ ਆਏ ਨਾ ਤਾਂ ਉਹ ਬੜਾ ਨਾ ਉਹਨਾਂ ਦੇ ਅੰਦਰ ਇੱਕ ਤੜਪ ਸੀ ਨਾਗੋ ਕੀ ਜਾਨ ਦੀ ਉਹ ਵੱਡੇ ਉਹਨਾਂ ਦਾ ਛੋਟਾ ਬੇਟਾ ਸੀ ਜਿਹੜਾ ਮੁਹੰਮਦ ਅਨਵਰ ਉਹਦਾ ਨਾਂ ਸੀ ਉਹਨੇ ਕਹਿਣਾ ਕਿ ਅਨੂ ਪੁੱਤਰ ਮੈਨੂੰ ਨਾਗੋ ਕੀ ਲੈ ਜਾਓ ਹੁਣ ਅਸੀਂ ਇਸ ਟਾਈਮ 13 ਚੱਕ ਹਾਂ ਉਹਨਾਂ ਦਾ ਜ਼ਿੰਮੀਦਾਰ ਇੱਕ ਚੱਕ ਸੀ ਉੱਥੇ ਉਹਨਾਂ ਦੀ ਹਵੇਲੀ ਵੀ ਸੀ ਉਹਨਾਂ ਨੇ ਗੱਡੀ ਕਰਾਉਣੀ ਕਿ ਤਾਇਆ ਚਲੋ ਜੀ ਅੱਬਾ ਜੀ ਤੁਹਾਨੂੰ ਨਾਗੋ ਕੀ ਲੈ ਤੇ ਚੱਲੀਏ ਜਦੋਂ ਗੱਡੀ 'ਚ ਬਿਠਾਉਣਾ ਤਾਏ ਜੀ ਨੇ ਨਾ ਬੜਾ ਖੁਸ਼ ਹੋਣਾ ਕਿ ਮੈਂ ਨਾਗੋ ਕੀ ਜਾ ਰਿਹਾ ਉਹਨੂੰ ਲਿਜਾ ਤੇ ਇੱਕ ਚੱਕ ਬਿਠਾ ਦਿੰਦੇ ਉਹਨੇ ਅੱਗੋਂ ਗਾਲਾਂ ਕੱਢਣੀਆਂ ਵੀ ਇਹ ਨਾਗੋ ਕੀ ਹੈ ਤੁਸੀਂ ਤੇ ਮੈਨੂੰ ਆਪਣੀ ਹਵੇਲੀ ਲਿਆ ਉਹਨਾਂ ਕਹਿਣ ਨਹੀਂ ਇਹ ਨਾਗੋ ਕੀ ਉਹਨੇ ਕਹਿਣ ਨਹੀਂ ਨਾਗੋ ਕੀ ਮੈਂ ਇੱਕ ਇੱਕ ਚੀਜ਼ ਤੋਂ ਵਾਕਫ ਆਖਰੀ ਵਕਤ ਤਾਇਆ ਜੀ ਨੇ ਬੜਾ ਇਸ ਚੀਜ਼ ਨੂੰ ਮਿਸ ਕਰਦੇ ਸੀ ਮਿੱਟੀ ਨੂੰ ਬੜਾ ਮਿਸ ਕੀਤਾ ਉਹਨਾਂ ਨੇ ਹਾਂਜੀ ਕਿਉਂਕਿ 3 ਭਾਈ ਸੀ ਅੱਬੂ ਹੋਰੀ ਅਤੇ ਉਹ ਸਭ ਤੋਂ ਵੱਡੇ ਸੀ ਇਸ ਕਰਕੇ ਉਹਨਾਂ ਨੂੰ ਇੱਕ ਇੱਕ ਚੀਜ਼ ਯਾਦ ਉਹ ਤਾਂ ਮਾਸ਼ਾਅੱਲਾ ਜਵਾਨ ਸੀ ਹਾਂ ਚਲੋ ਜੀ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਇਹਦੇ ਨਾਲ ਟਾਈਮ ਦਿੱਤਾ